ਮੈਂ ਕਹਿੰਦਾ ਇਹਨਾਂ ਦੀ ਜਿਹੜਾ ਨਹੀਂ ਨਹੀਂ ਮੈਂ ਨਹੀਂ ਬਾਬਾ ਸਾਡੇ ਹਾਂਜੀ ਜਾਣ ਦੀ ਜਿਹੜੀ ਨਾ ਕਰ ਲਈ ਹੈਗੀ ਤਿਆਰੀ। ਮੰਮਾ ਸਹਿਨ ਆ ਜਾਓ ਸ਼ਹਿਰ ਯਾਰ ਨੂੰ, ਮੈਂ ਕਿਹਾ ਬਾਹਰ ਧੁੱਪ ਤੇ ਨਹੀਂ ਲੈ ਆਓ ਇਹਨੂੰ, ਜੇ ਅੰਦਰ ਹੀ ਖੁਲਾਓ ਆ ਸ਼ਹਿਰ ਯਾਰ। ਬਿਲਕੁਲ ਧੁੱਪ ਹੈ, ਧੁੱਪ ਹੈ, ਬੜਾ ਖੁਸ਼ ਆ। ਅੱਗੇ ਮੰਮਾ ਸਹਿਨ ਆਉਂਦਾ ਪਿਆ, ਅੰਮੀ ਇੱਕ ਕਿਵੇਂ ਉਹਨੂੰ ਮਿਲ ਜਾਣਾ, ਐਂ ਮੰਮਾ ਸਹਿਨ ਚਿੰਬੜ ਗਿਆ। ਮੰਮਾ ਸਹਿਨ ਲੋਣੀ ਜਿਹੜਾ ਦੇਖਦਾ ਪਿਆ ਤੱਸਦਾ ਪਿਆ, ਬੜਾ ਤੂੰ ਆ ਦੇ ਕਜ਼ਨ ਦਾ ਬਣ ਗਿਆ ਮਸੇਰ ਲੱਗਦਾ, ਜਾਣ ਪਛਾਣ ਬਣ ਗਈ, ਚੰਗਾ ਦਿਲ ਬੜਾ ਜਿਹੜਾ ਬਾਈ ਲਿਆਕਤ ਖੁਸ਼ ਹੋ ਗਿਆ। ਅੱਲਾ ਪਾਕ ਦਾ ਸ਼ੁਕਰ ਆ ਜਿਹੜਾ ਆਦ ਆਉਣਾ ਜੀ। ਬਿਲਕੁਲ ਬਿਲਕੁਲ, ਦੁਕਾਨਦਾਰੀ ਬੜੀ ਚੱਲ ਗਈ, ਸ਼ੁਕਰ ਹੈ ਰੱਬ ਦਾ, ਬੜਾ ਸੋਹਣਾ ਚੱਲ, ਸ਼ੁਕਰ ਆ। ਅੱਛਾ ਚੰਗਾ ਮੁੜ ਸਾਡੇ ਲੋ, ਅੱਲਾ ਹਾਫਿਜ਼, ਅਸੀਂ ਹੁਣ ਜਾਂਦੇ ਹਾਂ। ਬਿਸਮਿਲ੍ਲਾਹਿਰ-ਰਹਿਮਾਨਿਰ-ਰਹੀਮ, ਅਸਲਾਮ ਅਲੈਕੁਮ ਮੇਰੇ ਪਿਆਰੇ ਬੰਦੇ, ਜਾਂ ਵੀਰੋ ਖੁਸ਼ ਰਹੋ, ਬਾਦ ਰਹੋ, ਹਮੇਸ਼ਾ ਹੱਸਦੇ ਮੁਸਕਰਾਉਂਦੇ ਰਹੋ। ਤਲਮ ਜਿਲ੍ਹਾ ਮੈਂ ਬਿਲਕੁਲ ਠੀਕ ਠਾਕ ਹਾਂ, ਉਮੀਦ ਕਰਨੀ ਕਿੰਨੇ ਕਿ ਮੇਰੇ ਬਣੇ ਬਸਨ ਬਿਲਕੁਲ ਠੀਕ ਠਾਕ। ਖਰੀਏ ਤੋਂ ਅਸੀਂ ਤਾਜ ਦੇ ਵਿਲਾਗ ਸ਼ੁਰੂ ਕਰਨੇ ਹਾਂ। ਅਸੀਂ ਜਿਹੜਾ ਆਪਦਾ ਲੂ ਹੋ ਕੇ ਵਾਪਸੀ ਜਿਹੜਾ ਇੱਥੇ ਆ ਗਿਆ, ਮੈਂ ਚਲੋ ਜਿਹੜਾ ਦੁਆ ਸਲਾਮ ਲੈ ਲਈਏ, ਥੋੜ੍ਹੀ ਦੇਰ ਬੈਠੇ ਰਹੇ ਹਾਂ ਬਾਈ ਇਜਾਜ਼ ਔਰ ਜਿਹੜਾ ਖਾਣ ਪੀਣ ਕਰ ਲਿਆਉਣ, ਜਿਹੜਾ ਘਰੇ ਚੱਲੇ ਹਾਂ, ਬਲਕਿ ਹੁਣ ਜਿਹੜਾ ਬਾਈ ਅਹਿਮਦ ਅਲੀ ਔਰ ਚੱਲਾਂਗੇ, ਤਾਂ ਉੱਥੋਂ ਫਿਰ ਜਿਹੜਾ ਅੰਮੀ ਅੱਬੂ ਰੋਲ ਹੋ ਕੇ ਫਿਰ ਘਰੇ ਵਾਪਸ, ਉਨੀ ਦੇਰ ਥੋੜ੍ਹੀ ਬਹੁਤੀ ਠੰਡ ਵੀ ਬਣ ਜਾ ਸੀ, ਲੇਕਿਨ ਕੱਲ੍ਹ ਜਿੰਨੀ ਗਰਮੀ ਅੱਜ ਫਿਰ ਕੋਈ ਨਹੀਂ, ਕਿਉਂ ਕੱਲ੍ਹ ਜਿਹੜਾ ਹਵਾ ਕੋਈ ਨਹੀਂ ਚੱਲੀ ਹੋਈ, ਅੱਜ ਮਾਸ਼ਾ ਜਿਹੜਾ ਠੰਡੀ ਠੰਡੀ ਹਵਾ ਚੱਲੀ ਹੋਈ, ਹਾਂ ਬੜੀ ਜ਼ਬਰਦਸਤ ਚੱਲੀ ਹੋਈ, ਹਾਂ ਦੱਸ ਰਹੇ ਨੇ ਅੱਗੇ ਬਾਬੀ ਹੋਰੀ ਅਸੀਂ ਜਿਹੜਾ ਬੜੇ ਹੀ ਗਰਮੀ ਹੈ ਬਹੁਤ ਜ਼ਿਆਦਾ, ਜਿਹੜਾ ਪਤਾ ਲੱਗ ਸੀ ਮੋਟਰਸਾਈਕਲ ਦਾ ਬਹੁਤ ਸੋਤਾ, ਹਾਂ ਸੇਕੇ ਲੱਗਦੇ ਨੇ ਨਾ, ਬਹੁਤ ਗਰਮੀ ਹੈ ਬਾਬਾ, ਸੇਕੇ ਲੱਗਦੇ ਨੇ ਗਰਮੀ ਆ। ਇੱਕ ਤਾਂ ਜਿਹੜਾ ਚਲਾਉਣ ਵਾਲਾ ਇੰਜਣ ਦੇ ਨਾਲ ਪੈਰ ਹੁੰਦਾ, ਇੰਜਣ ਗਰਮ ਹੁੰਦਾ, ਮੋਟਰਸਾਈਕਲ ਦਾ ਬਹੁਤ ਜ਼ਿਆਦਾ ਗਰਮ, ਪੈਰ ਹੀ ਜਲਦੇ ਰਹਿੰਦੇ ਤਾਂ ਬੜਾ ਔਖਾ ਜਿਹੜਾ ਹੋ ਜਾਂਦਾ। ਚਲੋ ਆ ਜਾ, ਚੱਲ ਮੰਮਾ ਸੈਨਾ ਪਾਉਣ ਜਿਹੜਨ ਚੱਲੀਏ। ਹਾਂਜੀ ਤੇ ਇੱਥੋਂ ਜਿੰਨਾ ਮਾਸ਼ਾਅੱਲਾ ਸ਼ੋਪਿੰਗ ਕੀਤੀ ਹੈ, ਹਾਂਜੀ ਠੀਕ ਹੋ ਗਿਆ। ਸ਼ਾਇਦ ਪੋਲਿਊਸ਼ਨ ਵਗੈਰਾ ਹੋ ਰਿਹਾ ਹੋਗਿਆ ਇਸ ਵਜ੍ਹਾ। ਪੈਸੇ ਲੈਂਦਾ ਵੀ ਨਾ ਅਸੀਂ ਜੇ ਕਿਉਂਕਿ ਛੋਟੇ ਛੋਟੇ ਬੱਚੇ ਹੁੰਦੇ ਵੀ ਹੈਗੇ ਨੇ, ਆਦ ਜੇ ਉਹਨੇ ਕਾਰੋਬਾਰ ਬਣਾਇਆ ਫਿਰ ਬੰਦਾ ਜੇ ਅੱਛਾ ਹੀ ਨਹੀਂ ਲੱਗਦਾ ਅਗਲੀ ਈਦ ਤੇ ਉਹਨੇ ਜਿਹੜਾ ਆਹ ਮੈਨੂੰ ਦਿੱਤੀ ਸਵੇਰਾ ਰੋਣੀ ਸਾਂਝੇ ਨੇ ਦਿੱਲੀ ਆਈ ਦਾਦੀ ਦੱਸਿਆ ਜਾਂ ਉਦੋਂ
ਤੇ ਆਲੀ ਆ ਜਿਹੜੇ ਅਸੀਂ ਆਪਦੇ ਕੋਲ ਜਿਹੜਾ ਲੈ ਕੇ ਜਾ ਰਹੇ ਇਹਨਾਂ ਦੇ ਮੁਨਾਫਾ ਨਹੀਂ ਲਿਆ ਤੁਹਾਨੂੰ ਜੁੱਤੀਆਂ ਨਵੀਆਂ ਲੈਂਦੀਆਂ ਕੋਈ ਨਵੇਂ ਡਿਜ਼ਾਈਨ ਹੁੰਦਾ ਤਾਂ ਇਸ ਕਰਕੇ ਦੋਨੋਂ ਮੈਂ ਇਹ ਦੇਣ ਜਾਂ ਨਵੀਆਂ ਜੁੱਤੀਆਂ ਆਣੀਆਂ ਲੇਕਿਨ ਹਾਂਜੀ ਪੁਰਾਣੇ ਡਿਜ਼ਾਈਨ ਵੀ ਲਿਆ ਹੈ ਕਿ ਜਿਹੜੀਆਂ ਇਹ ਚਲੋ ਠੀਕ ਹੈ ਮੈਂ ਜੀ ਘਰ ਜਾ ਕੇ ਦਿਖਾਵਾਂਗੇ ਖਾਣ ਪੀਣ ਥੋੜੀਆਂ ਬਹੁਤੀਆਂ ਮੇਰੀ ਤਰਫੋਂ ਹਾਂਜੀ ਤੇ ਇੱਥੇ ਬਾਈ ਹੋਰਾਂ ਲਈ ਪਹੁੰਚਿਆ ਤੇ ਜਿਵੇਂ ਕਿ ਸਾਰਿਆਂ ਨੂੰ ਖਾਣ ਪੀਣ ਕੀਤਾ ਇਹਨਾਂ ਜਿਹੜੇ ਨਾ ਬੋਤਲ ਦਿੱਤੀ ਆ ਜੱਲਾ ਹੀ ਮਾਲਕ ਮੇਰੀ ਸਭੀ ਹਾਂਜੀ ਸਾਰੇ ਵੇਖ ਲੈਣ ਅਗਰ ਦੱਸ ਕੇ ਆਉਂਦੀ ਤਾਂ ਇੰਨੀ ਖੁਸ਼ੀ ਕੋਈ ਨਹੀਂ ਹੋਈ ਇਹ ਗੱਲ ਹੈਗੀ ਨਾ ਅੱਜ ਸਾਰਿਆਂ ਨੂੰ ਜਿਹੜਾ ਮੈਂ ਇਵੇਂ ਹੀ ਜਿਹੜਾ ਅਚਾਨਕ ਹੀ ਸਾਰਿਆਂ ਦੇ ਘਰ ਆਪਦਾ ਉਹਨਾਂ ਦੇ ਘਰਾਂ ਵੀ ਅਚਾਨਕ ਹੀ ਗਈਆਂ ਬਾਈ ਜਿਆਦ ਦੇ ਘਰ ਬਾਈ ਔਰ ਅਹਿਮਦ ਅਲੀ ਹੋਰਾਂ ਦੇ ਘਰ ਅਚਾਨਕ ਹੀ ਜਿਹੜਾ ਹਾਂ ਬਿਲਕੁਲ ਉਹ ਇੱਕ ਜਿਹੜਾ ਖੁਸ਼ੀ ਵੀ ਅਲੱਗ ਆਉਂਦੀ ਵੀ ਵੇਖ ਲੈ ਅਚਾਨਕ ਕੋਈ ਆ ਮੈਨ ਜਦੋਂ ਕਿਸੇ ਨੇ ਆਉਣਾ ਹੋਵੇ ਨਾ ਫਿਰ ਉਹ ਕਹਿੰਦਾ ਆਹ ਫਲਾਣਾ ਆ ਰਿਹਾ ਆ ਇੰਝ ਕਰ ਲਓ ਇੰਝ ਕਰ ਲਓ ਇੰਝ ਜਿਹੜਾ ਯਕਾਦਮ ਜਾਣਾ ਹੁੰਦਾ ਇਹਦੀ ਹੋਰ ਹੀ ਸਮਝ ਜਿਹੜਾ ਖੁਸ਼ੀ ਹੁੰਦੀ ਹੈ ਚਲੋ ਮੈਂ ਆਖੇ ਈਦ ਆ ਰਹੀ ਸਾਰਿਆਂ ਨੂੰ ਜਿਹੜਾ ਮਿਲ ਜੁਲਾ ਨਹੀਂ ਖਾਣਾ ਖੂਣਾ ਖਾ ਲਿਆ ਸਾਰਿਆਂ ਨੂੰ ਥੋੜਾ 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 ਖਾਂਦਿਆਂ ਖਾਂਦਿਆਂ ਜੇ ਨੋਟ ਹਾਂ ਹਸਨ ਬੇਟਾ ਕਹਿ ਰਿਹਾ ਵੀ ਅਸੀਂ ਜਿਹੜਾ ਫੁੱਫੋ ਆਪਣਾ ਲਿਜਾ ਰਿਹਾ ਉਹਨਾਂ ਨੂੰ ਜਿਹੜਾ ਈਦ ਦੇਣ ਤੇ ਅਸੀਂ ਬਸ ਇਹ ਨਿਕਲੇ ਬਲਕਿ ਜਾਂਦੇ ਹਨ ਦਰਵਾਜ਼ੇ ਤਿੱਕਰ ਜਿਹੜਾ ਤੱਗੂ ਜਿਹੜਾ ਸਾਹਮਣੇ ਅਸੀਂ ਆ ਗਏ ਚੱਲ ਕੋਈ ਨਹੀਂ ਮੁਲਾਕਾਤ ਹੋ ਗਈ ਤਾਂ ਹੁਣ ਅਸੀਂ ਜਿਹੜਾ ਜਾਂਦੇ ਹਾਂ ਅੱਬੂ ਦੀ ਕਾਲ ਆਈ ਕਹਿ ਰਿਹਾ ਕਿੱਥੇ ਰਹਿ ਗਏ ਨੇ ਅਸੀਂ ਜਿਹੜਾ ਇੱਥੇ ਉਡੀਕ ਕਿਉਂਕਿ ਅੱਬੂ ਹੋਰਾਂ ਲਿਵੇਂ ਜਿਹੜਾ ਪੰਜ ਦਸ ਮਿੰਟ ਹੀ ਠਹਿਰਿਆ ਸੀ ਉਵੇਂ ਜਿਹੜਾ ਆਪਣਾ ਲਈ ਚਲੇ ਗਿਆ ਸੀ ਉਦੋਂ ਵਾਪਸੀ ਵਕਤ ਜਿਹੜਾ ਬਾਈ ਜਿਆਦ ਕੋਲ ਹੋਇਆ ਉਹਨੇ ਹੀ ਸਮਝ ਲਓ ਜਿਹੜਾ ਬੱਚਿਆਂ ਵਾਸਤੇ ਆ ਕੋਈ ਚੀਜ਼ਾਂ ਜਿਹੜਾ ਖਾਣ ਪੀਣ ਦੀਆਂ ਦੇ ਦਿੱਤੀਆਂ ਕੋਈ ਜਿਹੜਾ ਜੁੱਤੀਆਂ ਲਈਆਂ ਨੇ ਹੁਣ ਜਿਹੜਾ ਅਸੀਂ ਆਖੇ ਇੱਧਰੋਂ ਜਿਹੜਾ ਬਾਈ ਔਰ ਹੋ ਕੇ ਤਾਂ ਉਸ ਤੋਂ ਬਾਅਦ ਜਿਹੜਾ ਮੀਂਹ ਬੂਰ ਵਾਲ ਚੱਲੇ ਹੋਰ ਕਾਰੋਬਾਰ ਸਭ ਸੁਭ ਠੀਕ ਠਾਕ ਚਲੋ ਸ਼ੁਕਰ ਆ ਬਿਲਕੁਲ ਬਿਲਕੁਲ ਬਲਾ ਬਹਿਣਾ ਵੀ ਬਾਈਆਂ ਵਾਸਤੇ ਨਹੀਂ ਦੁਆਵਾਂ ਕਰਦੀਆਂ ਮੈਂ ਤਾਂ ਹਾਂ ਬਿਲਕੁਲ ਬਿਲਕੁਲ ਅੱਛਾ ਬਾਬੀ ਹੁਣ ਅਸੀਂ ਹੁਣ ਤਿਆਰੀ ਕਰਨੇ ਹਾਂ ਅਸੀਂ ਜਾਂਦੇ ਹਾਂ ਮੁੜ ਕਦੀ ਰਸਾਂ ਇਨਸ਼ਾਲਾ ਈਦ ਤੇ ਵਿਆਹ ਨਾ ਚੱਕਰ ਲਾ ਜਵੇ ਹੁਣ ਤੁਸੀਂ ਵੀ ਹਾਂ ਚਲੋ ਠੀਕ ਹੋ ਗਿਆ ਹਾਂਜੀ ਤਾਂ ਅਸੀਂ ਜਿਹੜਾ ਜਾਣ ਦੀ ਕਰ ਲਈ ਤਿਆਰੀ ਮੰਮਾ ਸੈਨ ਜਿਹੜਾ ਇਹਨਾਂ ਕੋਲ ਸਿੱਧੀ ਪੁੱਠੀ ਕਰ ਰਿਹਾ ਚੱਲ ਚੱਲੀਏ ਮੰਮਾ ਸੈਨ ਚੰਗਾ ਅੰਮੀ ਜੀ ਅੱਲਾ ਹਾਫਿਸ ਕਿਉਂਕਿ ਅੱਬੂ ਹੋਰਾਂ ਜਿਹੜਾ ਹਜੇ ਥੋੜ੍ਹੀ ਜਿਹੜਾ ਬੱਤੀ ਬੁੱਤੀ ਕੋਈ ਨਹੀਂ ਆਈ ਤਾਂ ਅਸੀਂ ਆਖਿਆ ਅਸੀਂ ਹੁਣ ਜਿਹੜਾ ਜਾਂਦੇ ਹਾਂ ਹਾਂ ਕਿਉਂਕਿ ਜਿਹੜਾ ਇੱਥੇ ਹੀ ਉਵੇਂ ਜਿਹੜਾ ਸਮਝ ਲਓ ਮੌਸਮ ਬਣਿਆ ਖੋਤਾ ਗਰਮੀ ਵਾਲਾ ਤਾਂ ਉਹਦੇ ਨਾਲ ਫਿਰ ਤੇਰੇ ਮੋਟਰਸਾਈਕਲ 'ਤੇ ਚੜ੍ਹਨੇ ਆ ਡਾਕੂ ਬਣ ਗਿਆ ਐਨਕਾ ਉਨਕਾ ਲਾ ਕੇ ਸਾਰਾ ਜਿਹੜਾ ਕਜੀ ਗਿਆ ਤੂੰ ਜਿਹੜਾ ਆਪਦੇ ਘਰ ਦਾ ਚੱਲ ਚੱਲੀਏ ਹਾਂ ਚਲੋ ਕਾਜ ਲੈਂਦਾ ਤੇ ਮੈਂ ਵੀ ਆਪਣੇ ਜਿਹੜਾ ਛਾਪਰ ਛੁਪਰ ਚੱਲ
ਬੇਟੇ ਆ ਗਏ ਨੇ, ਬੱਚੇ ਜਿਹੜੇ ਨਾ ਟੋਟਲੀ ਸਾਰੇ ਜਿਹੜੇ ਨਾ ਪੜ੍ਹਾਈ ਕਰ ਰਹੇ ਨੇ, ਪੜ੍ਹ ਲੈਂਦੇ ਨੇ, ਫਿਰ ਜਿਹੜੇ ਨਾ ਸਾਰਿਆਂ ਬਹਿਣਾ ਬਹਿਣ ਜਿਹੜੇ ਨਾ ਜਿੰਨੀ ਸ਼ੋਪਿੰਗ ਕੀਤੀ ਆ ਬਾਈ ਯਾਦ ਦੁਕਾਨ ਤੋਂ ਉਹ ਵਾਲੀ ਯਾਦ ਬਣ ਪਈ ਹੈ ਜਿਹੜੀ ਇਨਸ਼ਾਅੱਲਾ ਸ਼ੇਅਰ ਕਰਾਂਗੇ ਮੈਂ ਪਹਿਲੇ ਜਿਹੜੇ ਨਾ ਬਹਿਣਾ ਪਈਆਂ ਦੱਸ ਦੇਵੀਆਂ ਵੀ ਕਰੇ ਅਸੀਂ ਪਹੁੰਚੇ ਹਾਂ ਸ਼ੁਕਰ ਅਲਹਮਦੁਲਿਲਾ, ਬਾਕੀ ਮੱਝ ਜਿਹੜੇ ਨਾ ਬੱਚਿਆਂ ਕੋਲ ਬੈਠੀ ਸੀ, ਹੁਣ ਜਿਹੜੇ ਨਵੇਂ ਜਿਹੜੇ ਨਾ ਦੇਖ ਰਹੀ ਬੱਚੇ ਜਿਹੜੇ ਨਾ ਟੋਟਲੀ ਸਾਰੇ ਜਿਹੜੇ ਨਾ ਸ਼ੁਕਰ ਅਲਹਮਦੁਲਿਲਾ ਪੜ੍ਹਾਈ ਕਰ ਰਹੇ ਨੇ, ਮਾਸ਼ਾਅੱਲਾ ਬੜੀਆਂ ਰੌਣਕਾਂ ਜਿਹੜੇ ਨਾ ਲੱਗ ਜਾਂਦੀਆਂ ਜਦੋਂ ਬੱਚੇ ਜਿਹੜੇ ਨਾ ਮਾਸ਼ਾਅੱਲਾ ਮਾਸ਼ਾਅੱਲਾ ਜਿਹੜੇ ਨਾ ਪੜ੍ਹਦੇ। ਹਾਂਜੀ ਤੁਹਾਨੂੰ ਦਿਖਾ ਦਈਏ ਕੀ ਸਰਪ੍ਰਾਈਜ਼ ਦੇਣਾ ਹੈਗਾ, ਕੋਈ ਚੱਲਦੇ ਨਾ ਉੱਥੇ ਤੁਸੀਂ ਦੇਖ ਲਿਆ ਤੇ ਬਾਕੀ ਜੇ ਨਾ ਕੋਈ ਰਹਿੰਦਾ ਤਾਂ ਉਹਦੇ ਨਾਲ ਤਾਂ ਦਿਖਾ ਦੇਣਾ। ਅੱਜੀ ਦਾ ਕਥਾ ਵੀ ਲੱਗੀ ਮੈਂ ਫਿਰ ਮੈਂ ਸਦੇਰਾ ਜਿਹੜਾ ਲੇਜ਼ ਵਗੈਰਾ ਕੁਝ ਇੱਕ ਚੀਜ਼ ਹਾਂ ਲੇਜ਼ ਵਗੈਰਾ ਵੀ ਸੀ ਦੋ ਮਾਸ਼ਾ ਅੱਲਾ ਸਾਰੀਆਂ ਚੀਜ਼ਾਂ ਬਲਕਿ ਪੈ ਨਹੀਂ ਦੂਸਰਾ ਲੇਜ਼ ਕਿਤੇ ਪੈ ਹੋਵੇ ਇੱਕ ਦੋ ਤਾਂ ਜੇ ਲੈ ਕੇ ਕਿਤੇ ਰੱਖੇ ਨਹੀਂ ਆਪੋ ਆ ਜੇ ਤੇ ਕੋਈ ਇੱਕ ਦੋ ਜੇ ਨਾ ਖਾ ਲੈਣੇ ਬਾਕੀ ਚੀਜ਼ਾਂ ਵਗੈਰਾ ਜੇ ਨਾ ਆਈ ਤਾਂ ਦੇ ਸਭ ਤੋਂ ਪਹਿਲਾਂ ਜੇ ਮੈਂ ਸਾਂਝ ਦਿਖਾ ਦੇਵਾਂ ਬੱਚਿਆਂ ਨੇ ਪਹਿਲਾਂ ਆਉਂਦਿਆਂ ਲਾ ਛਾਪਾਂ ਨੂੰ ਫੜਿਆ ਤੇ ਇਸ ਤਰ੍ਹਾਂ ਦੇ ਮਾਸ਼ਾਅੱਲਾ ਹਾਂ ਇਸ ਤਰ੍ਹਾਂ ਦੇ ਹੈਗੇ ਸੀ ਸਾਰਿਆਂ ਦਾ ਇੱਕ ਇੱਕ ਲੇਅਰ ਬਾਕੀ ਟਾਪੀਆਂ ਵਗੈਰਾ ਵਗੈਰਾ ਨਾਲਾਂ ਵੀ ਨਾਲ ਉਹਨਾਂ ਦੇ ਬਾਬੂ ਨੇ ਵੇਖਿਆ ਸੀ ਮੈਂ ਤਾਂ ਕਿਹਾ ਵੀ ਮੈਂ ਜੇ ਇੰਨਾ ਨੀਂਦ ਦੀ ਤੇ ਇੰਨਾ ਜ਼ਿਆਦਾ ਬਿਲਕੁਲ ਜੇ ਇੰਨਾ ਨਹੀਂ ਲੈਣੀ ਲੇਕਿਨ ਉਹਨੇ ਜੇ ਇੰਨਾ ਜ਼ਬਰਦਸਤੀ ਦਿੱਤੀ ਉਹਨਾਂ ਕਿ ਮੈਂ ਆਹਦੇ ਪਾਂਜੇ ਪਾਣੀਆਂ ਵਾਸਤੇ ਵੇਚ ਰਿਹਾ ਤੁਸੀਂ ਨਾ ਲਓ ਮਾਮੂ ਜੀ ਤੇ ਪੈਸੇ ਹੀ ਨਹੀਂ ਲੈਂਦੇ ਸੀ ਫਿਰ ਅਮੀ ਜੀ ਨੇ ਕਾਫੀ ਜਿਹੜਾ 10 ਇੱਕ ਮਿੰਟ ਜਿਹਾ ਹਾਂ ਇਹਨਾਂ ਦਿੱਤੇ ਨੇ ਆ ਆਈ ਜੀ ਤਾਂ ਸਾਰੀਆਂ ਜਿੰਨੀਆਂ ਖਾਣ ਵਾਲੀਆਂ ਨੇ ਜਿਹੜੇ ਨਾ ਸਾਡੇ ਵਾਸਤੇ ਉਹ ਦੇ ਦਿੱਤੇ ਇਹਦੇ ਪੈਸੇ ਜਿੰਨੀਆਂ ਦੀ ਆਈਆਂ ਉਹਨੇ ਸਮਝ ਲਓ ਜਿਹੜੇ ਨਾ ਉਹਨੂੰ ਦਿੱਤੇ ਨੇ ਉਹਨੇ ਆਖਿਆ ਮੈਂ ਜਿਹੜੇ ਨਾ ਮੁਨਾਫਾ ਵਗੈਰਾ ਜਿਹੜੇ ਨਾ ਬਿਲਕੁਲ ਨਹੀਂ ਲਈ ਆ ਆਈ ਅਰੂਜ ਫਾਤਮਾ ਦੀ ਜਾ ਫਿਰ ਜਿਹੜੇ ਨਾ ਪਹੁੰਚ ਗਿਆ ਹਾਂ ਜਿਹੜੀ ਅਗਲੀ ਮਿੱਠੀ ਤੇ ਦਿੱਤੀਆਂ ਨਾ ਛੋਟੀ ਤੇ ਯਾਦ ਨੇ ਉਹ ਉਹਨੇ ਨੇ ਦਿੱਤੀਆਂ ਤੇ ਇਹਨਾਂ ਜਿਹੜੇ ਨਾ ਵੈਸੇ ਜੇ ਮੈਂ ਰੂਹ ਸਾਹਿਬ ਨੂੰ ਪਾ ਪੂਰੀ ਤੇ ਨਹੀਂ ਪੂਰੀਆਂ ਨਹੀਂ ਉਹਨੂੰ ਪਤਾ ਹੋਇਆ ਦੂਸਰੇ ਦਾ ਨਾਪ ਦਾ ਵੀ ਇੰਨਾ ਇੰਨਾ ਨਾਪ ਹੈਗਾ ਟੇਬਲ ਦਾ ਅੱਗੇ ਜਦੋਂ ਲੈ ਗਏ ਤਾਂ ਪੂਰੀ ਬਿਲਕੁਲ ਬੜੀ ਪਿਆਰੀ ਜੇ ਨਾ ਫਿਰ ਤੁਸੀਂ ਪਾਓ ਤਾਂ ਨਾਲ ਜੇ ਨਾ ਬੜੀ ਜ਼ਬਰਦਸਤ ਤਿਆਰੀਆਂ ਕਾਫੀਆਂ ਸਵੇਰਾ ਸਮਝ ਜੇ ਨਾ ਜ਼ਿਆਦਾ ਖੂਬਸੂਰਤ ਨਹੀਂ ਅਰੂਸ ਫਾਤਮਾ ਨੇ ਬਿਲਕੁਲ ਪੂਰੀ ਆਈ ਨਹੀਂ ਅਰੂਸ ਦੋਨਾਂ ਦੀ ਸੇਮ ਹੀ ਆ ਅਰੂਸ ਫਾਤਮਾ ਥੋੜਾ ਪੈਰ ਭਾਰਾ ਹੈ ਹਾਂ ਨਹੀਂ ਪਿਆਰੀ ਲੱਗ ਰਹੀ ਆ ਜੀ ਅਰੂਸ ਫਾਤਮਾ ਨੇ ਪਿਆਰੀ ਕਿਉਂਕਿ ਉਹਨੇ ਆਖਿਆ ਨਹੀਂ ਕੋਈ ਜੀ ਬਾਂਦੀਆਂ ਦਿੱਤੀਆਂ ਜੇ ਨਾ ਦੇਣੀਆਂ ਨੇ ਅਲੱਗ ਅਲੱਗ ਦਾ ਬਿਲਕੁਲ ਜੇ ਨਾ ਨਹੀਂ ਦੇਣੀ ਕਿਉਂਕਿ ਅਗਰ ਅਲੱਗ ਹੁੰਦੀ ਤੇ ਇੱਕ ਨੂੰ ਇੱਕ ਪਸੰਦ ਆ ਜਾਂਦੀ ਤਾਂ ਕਿ ਉਹ ਆ ਕੇ ਮੈਂ ਹੀ ਹਾਂ ਇਹ ਜ਼ਿਆਦਾ ਖੂਬਸੂਰਤ ਕਿਉਂਕਿ ਜੋ ਚੀਜ਼ ਲਵੇ ਨਾ ਉਹ ਕਹਿੰਦਾ ਵੀ ਇੱਕੋ ਜੀ ਉਹਨਾਂ ਦੀ ਹੋਵੇ ਨਹੀਂ ਕਿਉਂਕਿ ਅਗਲੀ ਫੇਰੀ ਹੁੰਦੀ ਜਿਹੜੀ ਛੋਟੀ ਤੇ ਬੇਰੀਆਂ ਨਾ ਉਹ ਹੀ ਬਿਲਕੁਲ ਸੇਮ ਸੇਮ ਇੱਕੋ ਜੀ ਹੋਈ ਜਾਂ ਸ਼ਾਦੀ ਵਾਸਤੇ ਵੀ ਹੈ ਤੇ ਈਦ ਵਾਸਤੇ ਸਾਡੀ
ਕਹਿੰਦਾ ਚੋਕਲੇਟ ਵਾਲੀ ਖਾ ਲਈਆਂ ਨੇ ਸਾਰੀਆਂ ਚੋਕਲੇਟ ਵਾਲੀਆਂ ਅੱਛੇ ਵਾਲੀਆਂ ਜਿਹੜੀਆਂ ਟੋਫੀਆਂ ਹੈਗੀਆਂ ਸੀ ਉਹ ਵਾਲੀਆਂ ਬੱਚਿਆਂ ਨੇ ਜਿੰਨਾ ਖਾ ਖੂ ਲਈਆਂ ਬਾਕੀ ਆਹ ਜਿੰਨਾ ਰੱਖਣੇ ਆ ਸਾਰੀਆਂ ਚੀਜ਼ਾਂ ਆਹ ਮੰਮਾ ਤੈਨੂੰ ਵਿੱਚ ਪਾ ਲਾ ਆਹ ਜੁੱਤੀ ਆਹ ਪਾਪੜ ਜਿਹਨੂੰ ਜਾਂ ਫਿਰ ਅਲੀ ਜਿਹੜਾ ਕੁੜੀ ਨੂੰ ਬਾਹਰ ਜਿਹੜਾ ਇਹਨੂੰ ਐਵੇਂ ਖੁੱਡੇ ਲਈ ਉੱਥੇ ਗਾਰਡਨ ਨੇ ਰੱਖ ਦੇਣਾ ਥੋੜ੍ਹੀ ਦੇਰ ਚਲੋ ਮੈਂ ਤੱਤਾ ਫਰਸ਼ ਨਾ ਹੋਵੇ ਮੈਂ ਨਹੀਂ ਐਵੇਂ ਲਈ ਆ ਤਾਂ ਉੱਥੇ ਕਾਢ ਲੈਂਦੇ ਹਾਂ ਚਲੋ ਸਮਾਨ ਬਾਹਰ ਦੇਣਾ ਕਾਢ ਲਓ ਕਿਉਂਕਿ ਹੁਣ ਜਿਹੜਾ ਕਾਂ ਖੂ ਥੋੜ੍ਹੇ ਨੇ ਨਾਲ ਧੁੱਪ ਵੀ ਜਿਹੜਾ ਕਾਫੀ ਸਾਰਾ ਠੰਡਾ ਮੌਸਮ ਆ ਮੈਂ ਕਿਹਾ ਹੁਣ ਜਿਹੜਾ ਪੱਖੇ ਦੇ ਜਿਹੜਾ ਥੱਲੋਂ ਚੁੱਕ ਕੇ ਇੱਥੇ ਲੈ ਕੇ ਆਇਆ ਹੁਣ ਜਿਹੜਾ ਗਾਰਡਨ ਵਿੱਚ ਕੋਈ 10-5 ਮਿੰਟ ਜਿਹਨਾਂ ਇਹਨਾਂ ਨੂੰ ਛੱਡਣਾ ਥੋੜ੍ਹਾ ਜਿਹਾ ਖੁੱਲ੍ਹੇ ਖੁੱਲ੍ਹੇ ਸਮੇਂ ਨੂੰ ਹੱਥ ਪੈਰ ਜਿਹੜਾ ਜਿਸ ਤਰ੍ਹਾਂ ਸਮਝ ਲਓ ਬੰਦਾ ਇੱਕੇ ਜਗ੍ਹਾ 'ਤੇ ਬੈਠਾ ਬੈਠਾ ਥੱਕ ਜਾਂਦਾ ਨਾ ਇਹ ਉਹ ਹਿਸਾਬ ਇਹਨਾਂ ਦਾ ਹੀ ਹੈਗਾ ਇੱਕੇ ਜਗ੍ਹਾ 'ਤੇ ਡੱਕੇ ਰਹਿਣਾ ਫਿਰ ਜਿਹੜਾ ਫਰੈਸ਼ ਨਹੀਂ ਹੁੰਦੇ ਹੁਣ ਥੋੜ੍ਹਾ ਜਿਹੜਾ ਫਰੈਸ਼ ਫੀਲ ਕਰਨਗੇ ਬਾਹਰ ਜਿਹੜਾ ਕੱਢਣੇ ਆ ਨਾ ਅਤੇ ਬਾਹਰ ਛੱਡਣੇ ਆ ਫਿਰ ਰਾਤ ਪੈਣ ਪੈਣ ਦਿਖਾਉਂਦੇ ਹਾਂ ਕੁੱਕੜੀ ਜਿਹੜਾ ਲੱਤ ਬੰਨੀਆਂ ਹੁਣ ਥੋੜ੍ਹਾ ਬਹੁਤਾ ਜਿਹੜੇ ਨੂੰ ਬਲਕਿ ਥੋੜ੍ਹਾ ਜਿਹਾ ਨਹੀਂ ਕਾਫੀ ਸਾਰਾ ਆਰਾਮ ਅੱਗੇ ਨਾਲ ਥੋੜ੍ਹਾ ਬਹੁਤ ਹੁਣ ਜਿਹੜਾ ਆਪੇ ਜਿਹੜਾ ਚੱਲ ਫਿਰ ਲੈਂਦੀ ਜਾਂ ਫਿਰ ਜਿਹੜਾ ਸਾਰਿਆਂ ਜਿਸ ਤਰ੍ਹਾਂ ਚਕੋਰਾਂ ਦੇ ਬੱਚਿਆਂ ਜਿਹੜੇ ਬਲਕਿ ਮੁਰਗੀ ਦੇ ਹੀ ਅਜੇ ਤੁਹਾਡੀ ਬੱਚੇ ਨੇ ਉਹਨੇ ਸੰਭਾਲੇ ਹੋਏ ਨੇ ਚਕੋਰਾਂ ਦੇ ਅਸੀਂ ਮੁਰਗੀ ਜਿਹੜਾ ਕਹਿਣੇ ਵੀ ਨਹੀਂ ਬੱਚੇ ਮੁਰਗੀ ਦੇ ਹੈਗੇ ਨੇ ਉਹਨੇ ਹਾਂਜੀ ਮਾਸ਼ਾਅੱਲਾ ਬਿਲਕੁਲ ਉਵੇਂ ਹੀ ਹੈਗਾ ਉਹਨੇ ਤਾਂ ਹੀ ਮੈਂ ਕਹਿੰਦੀ ਅਪਣਾ ਲੈਣ ਹਾਂਜੀ ਬਿਲਕੁਲ ਸਾਰਾ ਦਿਨ ਜਿਹੜਾ ਉਹਨਾਂ ਦਾ ਖਿਆਲ ਬੜਾ ਹੀ ਹਾਂਜੀ ਥੋੜ੍ਹਾ ਬਹੁਤ ਹਾਂਜੀ ਮਾਸ਼ਾਅੱਲਾ ਉਹਨਾਂ ਨੂੰ ਜਿਹੜਾ ਵਾਲ ਸਿਖਾਉਂਦੀ ਹੈ ਇੰਝ ਕਰਕੇ ਆ ਉਹ ਵੀ ਉਵੇਂ ਜਿਹੜਾ ਤਾਂ ਕੋਲ ਆ ਜਾਂਦੇ ਇੱਥੇ ਥੋੜ੍ਹਾ ਜਿਹਾ ਲੈ ਆਉਂਦੇ ਹਨ ਬਾਜਰਾ ਉਹ ਵੀ ਥੋੜ੍ਹਾ ਜਿਹਾ ਪਾ ਦਿੰਦੇ ਹਾਂ ਅਤੇ ਥੋੜ੍ਹਾ ਚੋਕਲੇਟ ਅਤੇ ਪਾਣੀ ਪੂਣੀ ਪਾਉਂਦੇ ਹਾਂ ਤੁਸੀਂ ਇੱਥੇ ਕੋਲ ਖੜੋ ਤਾਂ ਮੈਂ ਇਹਨਾਂ ਨੂੰ ਥੋੜ੍ਹਾ ਜਿਹਾ ਚਲੋ ਠੀਕ ਹੋ ਜਾਂ ਬਾਜਰਾ ਲਈ ਹੋ ਜਾਂ ਦਾਲ ਬਾਜਰਾ ਲੈ ਚਲੋ ਜਾਂ ਫਿਰ ਅਲੀ ਨੇ ਇੱਥੇ ਜਿਹੜਾ ਲਿਆ ਕੇ ਪਾ ਦਿੱਤਾ ਬਾਜਰਾ ਆਓ ਜਾਂ ਫਿਰ ਮੁਰਗੀ ਨੂੰ ਲਈ ਆ ਉਹ ਵੀ ਇੱਥੇ ਜਿਹੜਾ ਚੋਗਲੇ ਸੀ ਹਾਂ ਹੁਣ ਚਲੋ ਉਹ ਜਿੱਥੇ ਲਈ ਆ ਛਾਂ ਤੇ ਜਿਉਂ ਆਸਤਾ ਆਸਤਾ ਟੋਰ ਟੋਰ ਕੇ ਉਹ ਸਾਹਮਣੇ ਜਿਹੜਾ ਚਲੀ ਗਈ ਇੱਥੇ ਜਿਹੜਾ ਜਾਂ ਫਿਰ ਅਲੀ ਨੇ ਜਿਹੜਾ ਦਾਣੇ ਪਾ ਦਿੱਤੇ ਨੇ ਆਦਾ ਥੋੜ੍ਹੇ ਬਹੁਤੇ ਚੁੱਗੇ ਨੇ ਹੁਣ ਜਿਹਨੂੰ ਹੋਰ ਨਹੀਂ ਚੋਗੇ ਹੁਣ ਫਿਰ ਚੋਗ ਰਹੇ ਕਿਉਂਕਿ ਜਿਹਨੇ ਇੱਥੇ ਰਾਜ ਜਾਸੀ ਫਿਰ ਇਹਨੂੰ ਪਾਣੀ ਜਿਹਨੇ ਪਾ ਦਿੱਤਾ ਜਾਂ ਫਿਰ ਦੁਕਾਨ ਜਿਣ ਜਾ ਰਹੇ ਮੈਂ ਇਹਨਾਂ ਕੋਲ ਜਿਹਨੇ ਇੱਥੇ ਖਲੋਨੀ ਹਾਂ ਕਿਉਂਕਿ ਪਤਾ ਹੀ ਕੋਈ ਨਹੀਂ ਚੱਲਣਾ ਤੇ ਇਹਨਾਂ ਨੂੰ ਜਿਹਨਾਂ ਪਾਣੀ ਜਿਹਨਾਂ ਹੁਣ ਪੀ ਰਹੇ ਨੇ ਇੱਥੇ ਜਿਹਨਾਂ ਖੜ੍ਹੇ ਹੋ ਕੇ ਕੁੱਕੜੀ ਜਿਹੜਾ ਆਪੇ ਉੱਥੋਂ ਆ ਕੇ ਜਿਹੜਾ ਇੱਥੇ ਆ ਗਈ ਆ ਮੈਂ ਜਿਹੜਾ ਵੀ ਲਾਗ ਬਣਾਉਂਦੀ ਪਈ ਉਸ ਮੈਂ ਕਿ ਇਹਨੂੰ ਕੀ ਹੋਇਆ ਇਹਨੂੰ ਜਿਹੜਾ ਪਿਆਸ ਲੱਗੀ ਹੋਈ ਹੈ ਪਾਣੀ ਜਿਹੜਾ ਪੀ ਰਹੇ ਪਾਣੀ ਪੀ ਕੇ ਹੁਣ ਜਿਹੜਾ ਦਾਣੇ ਚੁਗ ਦਿੱਤੀ
ਇੱਥੇ ਜਿਹੜੀਆਂ ਸਾਰਿਆਂ ਦੀਆਂ ਮੱਝਾਂ ਗਾਵਾਂ ਜਿਹੜੀਆਂ ਚਰਾਈ ਜਿਹੜੀਆਂ ਕਰ ਰਹੀਆਂ ਸਾਹਮਣੇ ਸਾਡੀਆਂ ਜਿਹੜੀਆਂ ਦੂਸਰੀਆਂ ਕੀ ਇਹਨਾਂ ਨੂੰ ਕਹਿੰਦੇ ਨੇ ਮੈਨੂੰ ਜਿਹੜੀਆਂ ਬਖਤਾਂ ਉਹ ਫਿਰਦੀਆਂ ਨੇ ਅਤੇ ਉਹ ਸਾਹਮਣੇ ਜਿਹੜੀਆਂ ਚਕੋਰਾਂ ਖੜੀਆਂ ਹੋਈਆਂ ਨੇ ਆਹ ਵਾਲੀਆਂ ਅਤੇ ਆਹ ਵਾਲਾ ਕੁੱਕੜ ਜਿਹੜਾ ਬਿੱਲੋ ਹੋਰਾਂ ਦਾ ਹੈਗਾ ਇਹ ਵਾਲਾ ਜਿਹੜਾ ਇੱਥੇ ਫਿਰਦਾ ਬਿਲਕੁਲ ਸੇਮ ਸੇਮ ਜਿਹੜਾ ਉਹਦਾ ਕਲਰ ਹੋਰ ਹੈਗਾ ਅਤੇ ਇਸ ਤੋਂ ਵੀ ਬਲਕਿ ਉਹ ਜ਼ਿਆਦਾ ਜਿਹੜਾ ਕਾਦ ਦੇ ਹੈਗਾ ਸਾਡੇ ਵਾਲਾ ਕੁੱਕੜ ਮੰਮਾ ਸੈਨ ਵਾਲਾ ਮੰਮਾ ਸੈਨ ਦੇ ਕੁੱਕੜ ਦਾ ਬਿਲਕੁਲ ਜਿਹੜਾ ਪਤਾ ਨਹੀਂ ਚੱਲ ਰਿਹਾ ਕਿੰਨੇ ਫਦਿਆ ਕਿੰਨੇ ਨਹੀਂ ਫਦਿਆ ਲੇਕਿਨ ਅੱਲਾ ਪਾਕ ਸੋਹਣਾ ਜਿਹੜਾ ਉਹਨਾਂ ਕੋਲ ਆਪੇ ਜਿਹੜਾ ਪੁੱਛ ਲਵੇਗਾ ਕਿਉਂਕਿ ਜਿਹੜਾ ਆਪ ਜਿੰਨਾ ਕੁ ਥੋੜ੍ਹਿਆਂ ਦੋ ਤਿੰਨਾਂ ਘਰਾਂ 'ਤੇ ਹੈਗਾ ਸੀ ਥੋੜ੍ਹਾ ਬਹੁਤਾ ਸ਼ੱਕ ਸ਼ੁਬਾ ਉਹਨਾਂ ਕੋਲ ਜਿਹੜਾ ਜਾ ਕੇ ਪੁੱਛਦਾਸ ਵੀ ਕੀਤੀ ਆ ਲੇਕਿਨ ਉਹਨਾਂ ਨੇ ਕਿਹਾ ਵੀ ਸਾਡੇ 'ਤੇ ਜਦੋਂ ਵੀ ਬਣ ਜਾਵੇ ਜੋ ਮਰਜ਼ੀ ਹੋਵੇ ਉਹ ਤੁਸੀਂ ਜਿਹੜਾ ਕਰ ਫਿਰ ਇਹੀ ਹੁੰਦਾ ਪੁੱਛਣ ਹੀ ਹੁੰਦਾ ਅੱਗੇ ਉਹਨਾਂ ਦੀ ਮਾਂ ਦੱਸ ਦੇਵੇ ਜਾਂ ਉਹਨਾਂ ਨੇ ਦੱਸਣਾ ਹੁੰਦਾ ਤਾਂ ਉਹਨਾਂ ਨੇ ਪੜ੍ਹਨਾ ਹੀ ਕਿਹਾ ਅਤੇ ਕੋਈ ਨਹੀਂ ਅੱਲਾ ਪਾਕ ਜਿਹੜਾ ਆਪ ਹੀ ਇਨਸਾਫ ਕਰੇਗਾ ਅਤੇ ਆਪੇ ਜਿਹੜਾ ਉਹਨਾਂ ਪੁੱਛ ਲਵੇਗਾ ਮੈਂ ਤਾਂ ਕੋਈ ਚੀਜ਼ ਜਾਣ ਜੋ ਵੀ ਕਰੇ ਨਾ ਜ਼ਾਇਆ ਤਾਂ ਬਸ ਜਿਹੜਾ ਅੱਲਾ ਪਾਕ 'ਤੇ ਛੱਡਣੀ ਹੈ ਜੋ ਅੱਲਾ ਸੋਹਣੇ ਨੇ ਜਿਹੜਾ ਫੈਸਲਾ ਕੀਤਾ ਉਹ ਜਿਹੜਾ ਮੈਨੂੰ ਮਨਜ਼ੂਰ ਹੋ ਸੀ ਅਗਰ ਜਿਹੜਾ ਮੈਂ ਐਵੇਂ ਜਾਂ ਬਿਲਾ ਵਜ੍ਹਾ ਲੜਾਂ ਗਾਲਾਂ ਕੱਢਾਂ ਅਤੇ ਲੜਾਈ ਝਗੜਾ ਕਰਾਂ ਤਾਂ ਉਹ ਸਮਝ ਲਓ ਜਿਹੜਾ ਅਗਰ ਉਹਨਾਂ ਕੋਲ ਨਾ ਹੋਇਆ ਤਾਂ ਮੈਂ ਜਿਹੜਾ ਗੁਨਾਹਗਾਰ ਬਣ ਜਾ ਸਾ ਇਸੇ ਵਜ੍ਹਾ ਤਾਂ ਬਿਲਕੁਲ ਜਿਹੜਾ ਸਾ ਸਿਰਫ ਉਹਨਾਂ ਕੋਲ ਪੁੱਛਿਆ ਹੈਗਾ ਹੋਰ ਕੋਈ ਗੱਲ ਮਜ਼ੀਦ ਜਿਹੜਾ ਨਹੀਂ ਕੀਤੀ ਅਤੇ ਅੱਲਾ ਸੋਹਣੇ ਨੂੰ ਕਸਮਾਨੇ ਹੈਗੇ ਨੇ ਅੱਲਾ ਸੋਹਣਾ ਜਿਹੜਾ ਆਪ ਹੀ ਕੋਈ ਰਸਤਾ ਜਿਹੜਾ ਦਿਖਾਵੇਗਾ ਤਾਂ ਆਪੇ ਜਿਹੜਾ ਲੱਭ ਪਵੇਗਾ ਜੇ ਹੋਇਆ ਬਰਾਤ ਜੇ ਅਗਰ ਨਹੀਂ ਆ ਫਿਰ ਚਲੋ ਕੋਈ ਨਾ ਅਤੇ ਸਾਹਮਣੇ ਥੋੜ੍ਹਾ ਬਹੁਤਾ ਗਾਓਂ ਆਦਿ ਬਹਿਣ ਬਹਿਣ ਦਿਖਾ ਦੇ ਬੱਚੇ ਜਿਹੜਾ ਉਹ ਸਾਹਮਣੇ ਆ ਰਹੇ ਨੇ ਆਦਿ ਕੋਈ ਚੀਜ਼ ਲੈ ਕੇ ਖੇਡਦੇ ਖੇਡਦੇ ਜਿਹੜਾ ਆਉਂਦੇ ਪਏ ਨੇ ਮਾਸ਼ਾਅੱਲਾ ਅਤੇ ਕਿੰਨਾ ਪਿਆਰਾ ਗਾਓਂ ਜਿਹੜਾ ਲੱਗ ਰਿਹਾ ਮਾਸ਼ਾਅੱਲਾ ਬਹੁਤ ਜ਼ਬਰਦਸਤ ਇੱਥੇ ਜਿਹੜਾ ਚਕੋਰਾਂ ਉੱਤੇ ਹੀ ਬਹਿ ਜਾਂਦੀਆਂ ਸਮਝ ਲਓ ਚਕੋਰਾਂ ਦਾ ਤਾਂ ਕੋਈ ਡਰ ਜਾਂ ਕੋਈ ਗੱਲਬਾਤ ਜਿਹੜਾ ਨਹੀਂ ਹੁੰਦੀ ਚਕੋਰਾਂ ਦੀ ਟੈਨਸ਼ਨ ਨਹੀਂ ਕੋਈ ਹੁਣ ਮੈਨੂੰ ਟੈਨਸ਼ਨ ਥੋੜ੍ਹੀ ਬਹੁਤੀ ਲੱਗੀ ਹੋਈ ਆ ਦੂਸਰੀਆਂ ਦੀ ਬਖਤਾਂ ਦੀ ਕਿਉਂਕਿ ਬਖਤਾਂ ਹੀ ਜਿਹੜਾ ਕਦੀ ਖਾਲੇ ਦੇ ਪਰਲੀ ਸਾਈਡ 'ਤੇ ਜਿਹੜਾ ਕਿਉਂਕਿ ਠੰਡਾ ਹੁੰਦਾ ਨਾ ਉੱਥੇ ਬਹਿ ਜਾਂਦੀਆਂ ਨੇ ਕਦੇ ਓਲੀ ਸਾਈਡ 'ਤੇ ਆ ਕੇ ਬਹਿ ਜਾਂਦੀਆਂ ਉਹਨਾਂ ਜਿੱਥੇ ਮਰਜ਼ੀ ਕਰੇ ਉੱਥੇ ਜਿਹੜਾ ਬਹਿ ਜਾਂਦੀਆਂ ਜ਼ਿਆਦਾ ਤਾਂ ਜਾਂ ਫਿਰ ਇਹਨੇ ਕਿਹਾ ਵੀ ਮੰਜਾ ਥੋੜ੍ਹਾ ਜਿਹੜਾ ਅਗਲੀ ਸਾਈਡ 'ਤੇ ਗੱਤਿਆ ਫਿਰ ਜਿਹੜਾ ਪਰ ਉਹ ਅਗਰ ਕੋਈ ਚੁੱਕਣ ਲੱਗੇ ਨਾ ਤਾਂ ਉਹ ਆਵਾਜ਼ ਹੀ ਕਾਫੀ ਸਾਰੀ ਦਿੰਦੀਆਂ ਨੇ ਪਤਾ ਜਿਹੜਾ ਹੋਰ ਹੀ ਚੱਲ ਜਾਣਾ ਹੈਗਾ ਅਤੇ ਇਹ ਵਾਲਾ ਵਿਲਾਹ ਕਰਨੀ ਇੱਥੇ ਖਤਮ ਕਿਉਂਕਿ ਜਿਹੜਾ ਸਵੇਰਾ ਅਰੂਜ ਔਰ ਜਿਹੜਾ ਆਟਾ ਵਗੈਰਾ ਜਿਹੜਾ ਗੁੰਨਦੀਆਂ ਨੇ ਸਿਰੇ ਸਿਰਫ ਜਿਹੜਾ ਨਾਲ ਜਿਹੜਾ ਲੱਸੀ ਬਣਾਵਾਂਗੇ ਦੁੱਧ ਵਾਲੀ ਬਾਈ ਔਰ ਜਿਹੜਾ ਦੁੱਧ ਲੈ ਲਵਾਂਗੇ ਅਤੇ ਦੁੱਧ ਵਾਲੀ ਲੱਸੀ ਸਿਰਫ ਇਸ ਟਾਈਮ ਜ਼ਿਆਦਾਤਰ ਜਿਹੜਾ ਬਣਾਉਂਦੇ ਹੁੰਦੇ ਦੁਪਹਿਰ ਟਾਈਮ ਉਹਨਾਂ ਨੇ ਬਣਾਇਆ ਸੀ ਆਲੂ ਅਤੇ ਅੰਡੇ ਬਣਾਇਆ ਮੈਂ ਇਹ ਵੀ ਦੱਸਦਾ ਮੈਂ ਆ ਕੇ ਪੁੱਛਿਆ ਹੈਗਾ ਵੀ ਕੀ ਪਕਾਇਆ ਗਿਆ ਆਲੂ ਤੰਡੇ ਸੁਬਹਾ ਜਿਹੜਾ ਵੇਖਾਂਗੇ ਕੀ ਪਕਾਉਂਦੇ ਉਹ ਵੀ ਇਨਸ਼ਾਅੱਲਾ ਆਦਿ ਬਣ ਬੇਨ ਫਿਰ ਜਿਹੜੇ ਸ਼ੇਅਰ ਕਰਾਂਗੇ ਇਹ ਵਾਲਾ ਵਿਲਾਹ ਕਰਨੀ ਇੱਥੇ ਖਤਮ ਆਦਿ ਬਣ ਕੇ ਲੈਣੀ ਇਜਾਜ਼ਤ ਢੇਰ ਸਾਰੀਆਂ ਦੁਆਵਾਂ 'ਚ ਆਪਣਾ ਹੀ ਖਿਆਲ ਰੱਖਿਆ ਆਦਿ ਸਿੱਟਣ ਨੂੰ ਯਾਦ ਰੱਖਣਾ ਅੱਲਾ ਫੇਸ ਅਲਨਗੇ ਬਾਨ।